ਕਿਹਾ ਜਾਂਦਾ ਸੀ ਕੈਪਟਨ ਸਾਹਿਬ ਜਿਹੜੇ ਨੇ ਉਹ ਇੰਨੀ ਗਰਮੀ ਦੇ ਵਿੱਚ ਬਾਹਰ ਨਹੀਂ ਨਿਕਲਦੇ। ਅਸੀਂ ਕਿੱਥੇ ਤੁਹਾਡਾ ਗਿਆਨ, ਮੈਂ ਕੋਈ ਵਲੈਤ ਜੰਮੇ, ਮੈਂ ਪੰਜਾਬ 'ਚ ਜੰਮੇ, ਸਭ ਇੱਥੇ ਕੁਹਾੜ ਨੂੰ ਕੱਢਣਾ ਚਾਹੁੰਦੇ ਨੇ। ਕੈਪਟਨ ਸਾਹਿਬ ਕਿਵੇਂ ਅੱਜ ਰੋਡ ਸ਼ੋਅ ਕਰ ਰਹੇ ਹੋ, ਕੀ ਲੱਗ ਰਿਹਾ? ਕੀ ਲੱਗ ਰਿਹਾ ਤੁਸੀਂ ਆਪ ਦੇਖ ਲਓ, ਸਵੇਰੇ ਦੇ ਲੱਗੇ ਆ, ਸਾਰਾ ਸ਼ਾਹ ਕੋਟ ਹਲਕਾ ਬਾਹਰ ਨਿਕਲਿਆ ਹੋਇਆ ਸੜਕਾਂ ਦੇ ਉੱਪਰ, ਉਹ ਤੁਹਾਨੂੰ ਆਪ ਹੀ ਦੱਸ ਰਿਹਾ। ਕਿਹਾ ਜਾਂਦਾ ਸੀ ਕੈਪਟਨ ਸਾਹਿਬ ਜਿਹੜੇ ਨੇ ਉਹ ਇੰਨੀ ਗਰਮੀ ਦੇ ਵਿੱਚ ਬਾਹਰ ਨਹੀਂ ਨਿਕਲਦੇ, ਪਰ ਅੱਜ ਤੁਸੀਂ ਉਹਦੇ ਤੋਂ ਡਿਫਰੈਂਟ ਪਰਸੈਪਸ਼ਨ ਕ੍ਰੀਏਟ ਕੀਤੀ ਹੈ। ਉਹ ਮੈਂ ਤਾਂ ਹਰ ਵੇਲੇ ਕਹਿੰਦੀ ਹਾਂ ਇਹਨਾਂ ਨੂੰ, ਅਕਾਲੀਆਂ ਨੂੰ ਹੋਰ ਕੁਝ ਕਹਿਣ ਨੂੰ ਹੈ ਨਹੀਂ ਹੈ, ਰੌਲਾ ਪਾਈ ਜਾਂਦੇ ਨੇ ਇਹ ਆਪ ਵਾਲੇ। ਔਰ ਇਹ ਅਸੀਂ ਕਿੱਥੇ ਤੁਹਾਡਾ ਗਿਆਨ, ਮੈਂ ਕੋਈ ਵਲੈਤ ਜੰਮੇ, ਮੈਂ ਪੰਜਾਬ 'ਚ ਜੰਮੇ, ਔਰ ਮੈਨੂੰ 54 ਸਾਲ ਹੋ ਗਏ ਇਸ ਸਿਆਸਤ 'ਚ। ਤੁਹਾਡਾ ਗੱਲ, ਅਸੀਂ ਏਅਰ ਕੰਡੀਸ਼ਨਰ ਦੀ ਛੱਤਰੀ ਲੈ ਕੇ ਚੱਲਦੇ ਹਾਂ, ਵਾਟ ਬਿਲਕੁਲ ਇਹਨਾਂ ਦਾ ਜਿਹੜਾ ਬਕਵਾਸ ਹੈ, ਕੁਛ ਚੱਜ ਦੀ ਗੱਲਾਂ ਕਰਿਆ ਕਰਨ, ਉਹੀ ਫਜ਼ੂਲ ਦੀਆਂ ਗੱਲਾਂ ਕਰਨ। ਤੁਹਾਨੂੰ ਲੱਗਦਾ ਕਿ ਮਾਈਨਿੰਗ ਦਾ ਮੁੱਦਾ ਇਸ ਦੇ ਵਿੱਚ ਬਹੁਤ ਵੱਡਾ ਰਹਿਣ ਵਾਲਾ? ਕੋਈ ਮੁੱਦਾ ਮਾਦਾ ਨਹੀਂ, ਸਭ ਇੱਥੇ ਕੁਹਾੜ ਨੂੰ ਕੱਢਣਾ ਚਾਹੁੰਦੇ ਨੇ। ਇਹਦੇ ਬਾਪ ਨੇ ਬਿਲਕੁਲ ਪਰਚੇ ਜਿੰਨੇ ਕਰਾ ਤੇ ਬਿਲਕੁਲ ਬੇੜਾ ਗਰਕ ਦਾ ਇਸ ਹਲਕੇ ਦਾ, ਸਭ ਤਿਆਰ ਬੈਠੇ ਨੇ ਕਿ ਉਹਨੂੰ ਕੱਢੀਏ ਬਾਹਰ। ਸਿੱਧੂ ਸਾਹਿਬ ਦੇ ਬੇਟੇ ਨੂੰ ਏਜੀ ਲਾਇਆ, ਬਹੁਤ ਸਵਾਲ ਉੱਠ ਰਹੇ ਨੇ। ਕੋਈ ਸਵਾਲ ਨਹੀਂ ਉੱਠ ਰਹੇ, ਬੜਾ ਕਾਮਯਾਬ ਮੁੰਡਾ ਹੈ। ਸਨ ਕੈਪਟਨ ਅਮਰਿੰਦਰ ਸਿੰਘ, ਸਿੱਧੂ ਦੇ ਬੇਟੇ ਨੂੰ ਏਜੀ ਲਾਉਣ ਦੇ ਮੁੱਦੇ ਤੋਂ ਚੁੱਪ ਰਹੇ ਨੇ, ਉਹ ਬੋਲਣੋਂ ਹਟ ਗਏ ਨੇ। ਹਾਲਾਂਕਿ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਪਰਸੈਪਸ਼ਨ ਨਹੀਂ ਹੈ ਕਿ ਮੈਂ ਬਾਹਰ ਨਹੀਂ ਆਉਂਦਾ, ਗਰਮੀ ਦੇ ਵਿੱਚ ਮੈਂ ਵੀ ਆਉਣਾ, ਮੈਂ ਵਲੈਤ ਨਹੀਂ ਜੰਮਿਆ, ਇਸ ਤਰ੍ਹਾਂ ਦਾ ਉਹਨਾਂ ਦਾ ਕਹਿਣਾ ਹੈ। ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ। ਤਰੀਕੇ ਨਾਲ ਇੱਥੋਂ ਜਿੱਤ ਹੋਣੀ ਹੈ ਕਾਂਗਰਸ ਪਾਰਟੀ ਦੀ, ਔਰ ਇਹ ਤੁਹਾਡਾ ਧੰਨਵਾਦੀ ਹੈ ਮੈਂ ਇਸ ਕੰਮ 'ਤੇ। ਬਹੁਤ ਸ਼ੁਕਰੀਆ ਧੰਨਵਾਦ।